ਸੁਖਬੀਰ ਕੌਰ ਆ ਰਹੇ ਨੇ ਇੱਥੇ ਪਹੁੰਚੋ ਤੇ ਅੱਜ ਜੇ ਸੰਗਤਾਂ ਪਾਸੇ ਵਾਜੇ ਵੀ ਵਿਚਾਰ ਕਰ ਲਈਆਂ ਨੇ ਜਾਣ ਬੁੱਝ ਕੇ ਆਵਾਜ਼ਾਂ ਚੱਕ ਕੇ ਡਿਸਟਰਬ ਕਰਦੇ ਆ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਇਹ ਮਾੜਾ ਮੋਟਾ ਹਰਕਤ ਕਰੀਏ ਅਸੀਂ ਇਹ ਸਾਡੇ ਡੰਗਾ ਮਾਰਨ ਗੋਲੀਆਂ ਚਲਵਾਉਣ ਇਹ ਉਹ ਜੇ ਬੀਬੀ ਜੰਗੀਰ ਕੌਰ ਚ ਸੱਚ ਹੈ ਉਹਨੂੰ ਕਹੋ ਚਾਰ ਸਵਾਲ ਜਿਹੜੇ ਪੁੱਛੇ ਸੀ ਉਹਨਾਂ ਦਾ ਅੱਜ ਜਵਾਬ ਲੈ ਕੇ ਆਉਂਦੀ ਪੰਥ ਦੀ ਕਚਹਿਰੀ ਚ ਜੰਗੀਰ ਕੌਰ ਮੁਰਦਾਬਾਦ ਬੀਬੀ ਜੰਗੀਰ ਕੌਰ ਨੂੰ ਕਹਿੰਦੇ ਆ ਉਹ ਸੁਖਬੀਰ ਨੂੰ ਕਹਿੰਦੇ ਆ ਜਿਹੜਾ ਆਰਐਸਐਸ ਦਾ ਏਜੰਟ ਹੈ ਜਿਹੜਾ ਸੌਦਾ ਸਾਹ ਦਾ ਚੇਲਾ ਹੈ ਉਹ ਸੁਖਬੀਰ ਜਾਂ ਦਮ ਹੈ ਚੈਲੰਜ ਕਰਕੇ ਆ ਜਾ ਬਹਿ ਕੇ ਡਿਬੇਟ ਕਰਾਂਗੇ ਜਿੱਥੇ ਮਰਜ਼ੀ ਆ ਜਾ ਮੁਲਾਜ਼ਮ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ ਜਿਹੜੇ ਵਿਚਾਰੇ ਪੈਸੇ ਦੇ ਲਈ ਚਲੋ ਸਭ ਦੀ ਰੋਜੀ ਰੋਟੀ ਹੈ ਹੁਣ ਅਸੀਂ ਇਹਨਾਂ ਨਾਲ ਲੜਾਂਗੇ ਅਸੀਂ ਆਪਣੇ ਭਰਾਵਾਂ ਨਾਲ ਲੜਾਂਗੇ ਅਸੀਂ ਐਡੇ ਮੂਰਖ ਨਹੀਂ ਬੀਤੇ ਦਿਨੀ ਭਵਾਨੀਗੜ੍ਹ ਨਜ਼ਦੀਕ ਪਿੰਡ ਜੌਲੀਆਂ ਵਿਖੇ ਇੱਕ ਔਰਤ ਵੱਲੋਂ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਅਤੇ ਪਾਲਕੀ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਗੁਰੂ ਘਰ ਦੇ ਵਿੱਚ ਲੱਗੇ ਕੈਮਰਿਆਂ ਦੀ ਸਹਾਇਤਾ ਦੇ ਨਾਲ ਔਰਤ ਦੀ ਪਹਿਚਾਣ ਕਰ ਲਈ ਗਈ ਸੀ ਅਤੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਔਰਤ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਜਿਸ ਕਾਰਨ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਪੂਰੀ ਘਟਨਾ ਤੋਂ ਬਾਅਦ ਸਮੂਹ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਦੇਖਿਆ ਗਿਆ 26 ਜੂਨ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਅੱਜ ਪਸ਼ਚਾਤਾਪ ਸਮਾਗਮ ਕਰਵਾਇਆ ਗਿਆ ਪਿੰਡ ਜੌਲੀਆਂ ਵਿਖੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਹੁੰਚੀ ਅਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਸਮਾਗਮ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਦੋਸ਼ੀਆਂ 'ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਤਾਂ ਉਹ ਪੱਕੇ ਤੌਰ 'ਤੇ ਧਰਨਾ ਲਗਾ ਦੇਣਗੇ ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਦੇ ਵਿੱਚ ਅਤੇ ਸਿੱਖ ਜਥੇਬੰਦੀਆਂ ਦੇ ਵਿੱਚ ਖਿੱਚੋ ਤਾਣ ਹੁੰਦੀ ਨਜ਼ਰ ਵੀ ਆਈ ਇਸ ਸਮਾਗਮ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਭਵਾਨੀਗੜ੍ਹ ਰੋਡ ਜਾਮ ਕਰ ਦਿੱਤਾ ਗਿਆ ਅਤੇ ਰੋਸ ਵਜੋਂ ਧਰਨਾ ਲਗਾਇਆ ਗਿਆ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਰ ਹਰ ਵਾਰ ਆਰੋਪੀ ਦਿਮਾਗੀ ਤੌਰ 'ਤੇ ਪਰੇਸ਼ਾਨ ਕਹਿ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਬਹਰਹਾਲ ਇਸ ਪੂਰੀ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਰੋਸ ਵਜੋਂ ਭਵਾਨੀਗੜ੍ਹ ਰੋਡ ਨੂੰ ਜਾਮ ਕਰ ਦਿੱਤਾ ਗਿਆ